ਮੇਰੀ ਭੈਣ ਦੇ ਪੁੱਤ ਜਿਹੜੀ ਇਹਦਾ ਇੱਡਾ ਲੰਨ ਬੜਿਆ ਹੋਇਆ ਇੱਡਾ ਪੂਰਾ ਮੇਰੀ ਭੈਣ ਦੇ ਭੋਸੜੇ ਦੇ ਵਿੱਚ ਬੜਿਆ ਹੋਇਆ। ਮੇਰੀ ਭੈਣ ਦਾ ਭੋਸੜਾ ਤੁਹਾਨੂੰ ਪਤਾ ਹੀ ਆ। ਆਹ ਦੇਖੋ ਮੈਂ ਤੁਹਾਨੂੰ ਦੱਸਦਾ ਪੜ੍ਹ ਕੇ, ਮੇਰੀ ਭੈਣ ਦੇ ਭੋਸੜੇ ਦਾ ਸਾਇਜ਼ ਜਿਹੜਾ ਸੀਗਾ 1970 'ਚ ਘੱਟ ਹੁੰਦਾ ਸੀ। ਉਸ ਤੋਂ ਬਾਅਦ ਫਿਰ ਆ ਗਿਆ ਭੈਣ 1981। 1981 ਦੇ ਵਿੱਚ ਮੇਰੀ ਭੈਣ ਦੇ ਪੁੱਤੇ ਦਾ ਸਾਇਜ਼ ਠੀਕ ਦਾ ਤਾਂ ਵੱਧ ਕੇ 10 ਇੰਚ ਹੋ ਗਿਆ। 10 ਇੰਚ ਪੂਰਾ ਐਂ ਨਾ, ਮੇਰੀ ਭੈਣ ਦਾ ਭੋਸੜਾ ਪੂਰਾ 10 ਇੰਚ ਤੱਕ ਖੁੱਲ੍ਹ ਗਿਆ। ਉਸ ਤੋਂ ਬਾਅਦ ਮੇਰੀ ਭੈਣ ਦੇ ਪੁੱਤੇ ਨੂੰ ਚੱਕ ਕੇ ਉਹ ਬੰਗਲਾਦੇਸ਼ ਲੈ ਗਈ। ਉੱਥੇ ਉਹਦੀ ਮਾਂ ਚੌਥੀ ਚੰਗੀ ਉਹਨਾਂ ਨੇ ਜਿਹੜੀ ਆ ਸ਼ਰਿਆਮ ਸਾਡੀ ਭੈਣਾਂ ਦੀ ਪੁੱਤੀ ਦੇ ਵਿੱਚ ਲੰਨ ਪਾ ਕੇ ਭੰਗੜੇ ਪਾਉਣ ਦਾ ਕੰਮ ਕਰਦਾ। ਭੰਗੜੇ ਪਾਉਣ ਦਾ ਤੁਹਾਨੂੰ ਮੈਂ ਦੱਸ ਰਿਹਾ, ਭੰਗੜੇ ਪਾਉਣ ਦਾ ਮੇਰੀ ਭੈਣ ਦੇ ਪੁੱਤੇ ਨੇ ਉਹਨਾਂ ਨੂੰ ਉੱਥੇ ਜਾ ਕੇ ਛਿੜਤਾ। ਮੇਰੀ ਭੈਣ ਦੇ ਪੁੱਤੇ ਦੇ ਉੱਪਰ ਜਿੰਨੇ ਵੀ ਲੰਨ ਗਏ ਸੀਗੇ ਉਹਦੀ ਗਿਣਤੀ ਸ਼ੁਰੂ ਹੋਈ ਸੀ। ਗਿਣਤੀ ਦੇ ਵਿੱਚ ਪਤਾ ਲੱਗਿਆ ਵੀ ਭੈਣ 'ਚੋਂ ਮੇਰੀ ਭੈਣ ਦੇ ਪੁੱਤੇ ਦੇ ਵਿੱਚ ਇਜ਼ਰਾਈਲ ਅਤੇ ਅਮਰੀਕਾ ਦੇ ਲੰਨ ਵੀ ਜਾ ਚੁੱਕੇ ਆ। ਮੈਂ ਕਿਹਾ ਮੈਨੂੰ ਇਹਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ, ਸਾਡੀ ਭੈਣਾਂ ਦੇ ਪੁੱਤਿਆਂ 'ਚ ਜਿੰਨੇ ਲੰਨ ਜਾਣਗੇ ਸਾਡੇ ਜਹਾਜ਼ ਨੂੰ ਨਹੀਂ ਫਾਇਦਾ। ਪਰ ਏਡੀ ਵਾਲੇ ਮੰਨੇ ਨਹੀਂ। ਇਹ ਭੈਣ ਦੇ ਲੋੜੇ ਦਾ ਪਲੀਜ਼ ਮੇਰੀ ਭੈਣ ਦੇ ਪੁੱਤੇ ਮਾਰ ਕੇ ਬਾਅਦ ਕਹਿੰਦੇ ਅਸੀਂ ਨਹੀਂ ਪੈਸੇ ਦੇਣੇ, ਜਾਓ ਲੰਨ 'ਤੇ ਚੜੋ। ਮੈਂ ਕਿਹਾ ਭੈਣ ਚੋਂ ਦਾ ਕੀ ਗੱਲ ਪਈ, ਮੇਰੀ ਭੈਣ ਦਾ ਭੋਸੜਾ ਤੁਸੀਂ ਇੱਡਾ ਕਰਤਾ, ਕੋਈ ਤਾਂ ਪੂਰਾ ਭੈਣ ਚੋਂ ਦਿਓ ਅਤੇ ਹੁਣ ਤੁਸੀਂ ਮੇਰੀ ਬੁੰਡ ਮਾਰਨ ਨੂੰ ਫਿਰਦੇ ਹੋ, ਮੇਰੀ ਖਾਣ ਮਾਰਨ ਨੂੰ ਫਿਰਦੇ ਹੋ। ਮਾਂ ਮੇਰੀ ਦਾ ਭੋਸੜਾ ਤੁਸੀਂ ਤਾਂ ਚੱਕ ਕੇ ਲਿਆ ਗਏ, ਤੁਸੀਂ ਤਾਂ ਚੰਗੀ ਮੇਰੀ ਗਾਣ ਮਾਰ ਰਹੇ ਹੋ ਭੈਣ ਚੋਂ। ਮੀਡੀਆ ਵਾਲੇ ਤਾਂ ਇੱਡਾ ਬੁੰਡ ਖੋਲ ਦਿੰਦੇ ਆ ਪੂਰੀ ਐਨ ਟਕਾ ਕੇ, ਕਹਿੰਦੇ ਆ ਚੁੱਕੋ ਭੈਣ ਚਲਾਓ ਆਪਣੀ ਮੁੱਲਿਓ ਪੂਰੀ। ਮੈਂ ਕਿਹਾ ਹੁਣ ਤੁਸੀਂ ਕੀ ਕਰਾਂ, ਮੁੜ ਕੇ ਮੈਂ ਤੁਹਾਨੂੰ ਦੱਸਦਾ, ਦੇਖੋ ਮੈਨੂੰ ਯਾਦ ਨਹੀਂ ਆ ਰਿਹਾ। ਹਾਂ ਸੱਚ, ਮੁੜ ਕੇ ਪਤਾ ਕੀ ਹੋਇਆ, ਮੇਰੀ ਭੂਆ ਦੀ ਕੁੜੀ ਨੁਸਰਤ ਜਿਹੜੀ ਕੁੜੀ ਦੇਣ ਲੱਗੇ ਕਾਫ਼ੀ ਡਰਦੀ ਸੀ ਇੰਡੀਆ ਦੇ ਲੈਣਾ ਨੂੰ, ਕਹਿੰਦੀ ਮਾਮਾ ਜੀ ਇੰਡੀਆ ਨੇ ਪਾੜ ਦੇਣੀ, ਇੰਡੀਆ ਨੇ ਪਾੜ ਦੇਣੀ ਆ। ਮੈਂ ਕਿਹਾ ਸਾਰੀ ਇੰਡੀਆ ਨੇ ਤੇਰੀ ਭੈਣ ਦਾ ਗੁੱਸਾ ਹੀ ਮਾਰਿਆ, ਮੇਰੀ ਮਾਂ ਦਾ ਗੁੱਸਾ ਹੀ ਮਾਰਿਆ, ਤੇਰੀ ਨਾਨੀ ਦਾ, ਤੂੰ ਡਰਦੀਗਾ ਤਾਂ ਮੈਂ ਕਿਹਾ ਡਰਨਾ ਨਹੀਂ ਆਪਣੀ ਭੈਣ ਦੇ। ਮੈਂ ਕਿਹਾ ਖੁੱਦੇ ਹੱਲ ਦੇਖ ਉਹਨੇ ਕਿੰਨੇ ਲੰਨ ਪਵਾਏ, ਉਸ ਹਿਸਾਬ ਨਾਲ ਤੂੰ ਲੰਨ ਪਵਾ। ਹੱਲੇ ਗੁੱਲੇ ਕਰਕੇ ਮੈਂ ਕਿਹਾ ਪਾਕਿਸਤਾਨ ਦੇ ਲਈ ਜ਼ਰੂਰੀ ਆ ਇਹ, ਸਾਡੀ ਭੈਣਾਂ ਦੇ ਪੁੱਦਿਆਂ ਦੇ ਵਿੱਚ ਲੰਨ ਜਾਣ। ਉਹ ਚਲੋ ਦੇਣ ਲੱਗੀ ਪੁੱਤੀ, ਉਹ ਵੀ ਠਕਾ ਠਕਾ ਕੇ, ਉਹਨੂੰ ਵੀ ਸ਼ੌਂਕ ਸੀਗਾ। ਪਾਕਿਸਤਾਨ ਦੀ ਤਾਂ ਬਹੁਤ ਮਾਂ ਚੋਤੀ ਗਈ,